ਆਪਣੇ ਆਪਾਂ ਇੱਧਰ ਹੀ ਲਾਇਆ। ਉਹਨਾਂ ਦੀ ਸੱਕੀ ਧੀ ਦਾ ਵਿਆਹ ਸੀ, ਛੱਡ ਕੇ ਆ ਰਹੇ। ਆ ਜਾਓ ਨਿਕਾਹ ਖਾਨ ਸਾਹਿਬ। ਇਹ ਪਹਿਲੇ ਸਤਾਰ ਵਜਾਉਂਦੇ ਸਨ। ਅੱਛਾ, ਤੇ ਅੱਜ ਕੱਲ੍ਹ ਦੇ ਆਦਰਾ ਫਿਰਦੇ ਨੇ। ਹੁਣ ਨਿਕਾਹ ਖਾਂ ਹੋ ਗਏ ਨੇ। ਸਰ ਆਓ, ਬਿਸਮਿਲਲਾ, ਬੈਠੋ ਸਰ। ਨਿਕਾਹ ਖਾਂ ਔਰ ਵੀ ਹੋਂਗੇ ਜ਼ਮਾਨੇ ਮੇਂ ਮਗਰ ਹਮ ਤੋ। ਕਿਆ ਸ਼ੇਰ ਕਹਾ? ਨਿਕਾਹ ਖਾਂ ਔਰ ਵੀ ਹੋਂਗੇ ਜ਼ਮਾਨੇ ਮੇਂ ਮਗਰ ਹਮ ਤੋ। ਨਿਕਾਹ ਜਿਸ ਕਾ ਪੜ੍ਹਾਤੇ ਹੈ ਉਸੇ ਕੰਮ ਵੀ ਸਿਖਾਤੇ ਹੈ। ਅਗਰ ਕੋਈ ਪਹਿਲੇ ਸੇ ਹੋ ਕਾਰੀਗਰ ਤੋ ਉਸਕੋ ਘਰ ਲੈ ਜਾਤੇ ਹੈ। ਨਿਕਾਹ ਮੇਰੇ ਪਿਓ ਨੇ 40 ਸਾਲ ਪਹਿਲੇ ਬਣਾਇਆ। ਲੜਕੀ ਦੇ ਵਾਲਿਦ ਸਾਹਿਬ ਨੇ। ਅੱਛਾ, ਕੁੜੀ ਦਾ ਪਿਓ ਇਹਨਾਂ ਦਾ ਹੀ ਰਿਹਾ। ਮੁੰਡਾ ਲਿਆਉਣਾ, ਤਿਆਰ ਹੋ ਰਹੇ ਨੇ। ਆ ਗਿਆ ਇੱਕ ਲਾੜਾ ਮੇਰਾ। ਬਹੁਤ ਯਾਰ, ਤੁਸੀਂ ਵੀ ਲਾੜਾ ਜੀ? ਹਾਂਜੀ। ਇਹ ਲਾੜੇ ਇਧਰੋਂ ਭੁੰਨ ਭੁੰਨ ਕੇ ਕੱਟਣ ਦੇ। ਬੜਾ ਲਾੜੇ ਦਾ ਧੁੱਪੇ ਬੰਬਰ ਕਰ। ਇੱਕ ਮਿੰਟ ਯਾਰ, ਚੁੱਪ ਕਰ। ਇਹ ਕੌਣ ਹੈ? ਉਹ ਲਾੜਾ ਹੋਰ ਲੈ ਲਾ ਬੱਜਾ। ਉਹ ਤੇਰਾ ਨਿਕਾਹ ਹੋਰ, ਤੂੰ ਲਾਂਦੀ ਤੇ ਕਿਤੇ ਫਿਰਨਾ ਜਾ, ਗਿਰ ਜਾ ਤੇਰੀ ਦਹੋ। ਨਹੀਂ ਨਹੀਂ, ਨਿਕਾਹ ਦੂਸਰੇ ਮੁੰਡੇ ਦਾ, ਇਹਨੂੰ ਸਾੜਨਾ ਹੈ। ਅੱਛਾ ਅੱਛਾ, ਇਹਨੇ ਕਦਾ ਹਾਰ ਪਾਇਆ? ਇਹ 2.5 ਕਿਲੋ ਕੂੜਾ ਖਾ ਕੇ ਫਸਟ ਆਇਆ। ਜਨਾਬ, ਦੋ ਮੁੰਡਿਆਂ ਦਾ ਨਿਕਾਹ ਹੈ। ਦੋ ਮੁੰਡਿਆਂ ਦਾ ਨਿਕਾਹ? ਹਾਂਜੀ। ਆਰਾਮ ਦਿਓ, ਇੰਗਲੈਂਡ ਚ ਹੁੰਦਾ, ਇੱਥੇ ਨੀ ਹੋਣਾ। ਛੋੜੋ ਮੈਨੂੰ। ਜਨਾਬ ਸਮਝਿਆ ਨੀ ਤੁਸੀਂ? ਉਹ ਬੇਟਾ, ਇਹ ਹਰਾਮ ਹੈ, ਮੈਂ ਕਿਸ ਤਰ੍ਹਾਂ ਕਰ ਸਕਦਾ? ਦੋ ਮੁੰਡਿਆਂ ਦਾ ਨਿਕਾਹ? ਆ ਦੋ ਬੇਟੀਆਂ ਨੇ, ਦੋ ਮੁੰਡੇ ਨੇ। ਉਹ ਮਰ ਗਿਆ। ਅੱਛਾ, ਇਹ ਕੌਣ? ਹਾਂਜੀ, ਆਕੜੇ ਆਪਸ ਵਿੱਚ ਕਿਤੇ ਲਿਖੋ, ਲਹਾਓ 50-50 ਦੇ ਦੋ ਆਕੜੇ ਲਿਖੋ ਜਰਾ। ਇਹ ਬਕਵਾਸ ਹੈ। ਹੋਰ ਕੁਝ ਲੱਗ ਜਾ, 50-50 ਦਾ ਮੰਗੋ ਤੇ ਮੈਂ 100-100 ਦੇ ਦੋ ਆਕੜੇ ਤੇਰੇ ਮੂੰਹ ਤੇ ਮਾਰਨੇ ਨੇ, ਭਾਵੇਂ ਲੱਗਣੀ ਨਾ ਹੋ। ਲੱਗਣ ਨਾ, ਉਹਦੇ ਖਾਨਦਾਨ ਵਿੱਚ ਵਿਆਹ ਹੋਇਆ ਹੋਵੇ ਤੁਹਾਨੂੰ ਪਤਾ ਹੋਵੇ ਨਾ ਕੀ ਲਿਖਵਾਉਣਾ ਪੈਂਦਾ। ਲਹਾਓ ਜੀ, ਆਪਣਾ ਲਿਖੋ ਜੀ। ਨਾ ਲਹਾ, ਲਿਖੋ ਸ਼ਕੀਲ। ਨਾ ਲਹਾ, ਸ਼ਕੀਲ ਮੁਹੰਮਦ। ਨਾ ਲਹਾ, ਮੁਹੰਮਦ ਸ਼ਕੀਲ। ਮੈਂ ਕਹਿੰਦਾ ਨਾ ਲਹਾ, ਫਿਰ ਲਹਾਉਣਾ ਪਿਆ। ਅੱਛਾ, ਨਾ ਲਹਾ, ਤੇ ਨਾ ਲਿਖੋ। ਮੈਨੂੰ ਪਤਾ ਮੁਹੰਮਦ ਸ਼ਕੀਲ ਤੇਰਾ ਨਾਂ ਹੈ। ਹਾਂ ਜੀ, ਮੁਹੰਮਦ ਸ਼ਕੀਲ ਬਲਦ ਮੁਹੰਮਦ ਜਲੀਲ ਜਲੀਲ ਜਲੀਲ। ਓਹੀ ਮੈਂ ਵੀ ਰਹਿੰਦਾ ਮਿਲਦੇ ਗਿਆ। ਆਪਣਾ ਸ਼ਕੀਲ ਬਲਦ ਮੁਹੰਮਦ ਜਲੀਲ ਜਲੀਲ। 3 ਗਲਾਸ 6 ਜੱਗ 4 ਤਰੀਆਂ। ਆਪਣੇ ਵਿਆਜ ਕੀ ਲਿਖਵਾਇਆ ਸੀ ਤੂੰ? ਕੀ ਲਿਖਵਾਇਆ ਸੀ? ਮੌਲਵੀ ਨੇ ਪੁੱਛਿਆ ਇਹਦੇ ਵਿਆਜ ਕੀ? ਹੱਕ ਮਹਿਰ ਕਹਿੰਦਾ ਜੀ ਲਿਖ ਲਓ 4 ਤਕੜੇ ਬੰਦੇ। ਨਿਕਾਹ ਪੜਾਓ ਕੇ ਮੇਰੇ ਮੁਕੱਦਰਾ ਚ ਹਰਾਮ ਹੀ ਲਿਖਿਆ। ਲੋ ਜੀ, ਇਹਦਾ ਨਾਂ ਜੀ ਡੇਵਿਡ। ਕੀ ਬਕਵਾਸ ਕਰਨ ਡਿਆ ਜਨਾਬ? ਡੇਵਿਡ ਕਿਹੜਾ? ਇੱਧਰ ਦਬਾਓ, ਕੀ ਹੈ? ਆਂਤੀ ਦਾ ਪੁੱਤਰ ਤੇ ਤੂੰ ਜਿਹੜਾ ਇੱਥੇ ਬੇਖੌਫ ਹੋ ਕੇ ਫਿਰਨਾ ਨਾ, ਮੈਂ ਰੰਗ ਰੁੰਗ ਨੀ ਵੇਖਦਾ ਹੁੰਦਾ। ਮੁਹੰਮਦ ਸ਼ਕੀਲ ਲਿਖ ਲਿਆ ਤੇਰਾ? ਹਾਂਜੀ। ਡੇਵਿਡ? ਨਹੀਂ ਨਹੀਂ, ਮੇਰਾ ਸਿੱਧਾ ਨਾਂ ਲਿਖੋ। ਕੀ ਲਿਖਿਆ ਤੇਰਾ? ਸਿੱਧਾ ਸਰਫਰਾਜ਼ ਜੱਟ। ਚਲੋ ਲਿਖੋ, ਕੋਈ ਗੱਲ ਨੀ।
ਸਰਫਰਾਜ਼ ਜੱਟ ਸਰਫਰਾਜ਼ ਜੱਟ ਸਰਫਰਾਜ਼ ਜੱਟ ਰੰਗ ਘੱਟ ਪਿਓ ਦਾ ਨਾਂ ਦੱਸ ਦਿੱਤਾ ਕਿੰਨੇ ਮਹੱਲੇ ਦਿੱਤਾ ਮਹੱਲੇ ਦਿੱਤਾ ਕੌਮ ਕੌਮ ਮੇਰੀ ਲਿਖੋ ਜੀ ਪਹਿਲੇ ਤੇਰੀ ਕੌਮ ਡੋਟ ਕੌਮ ਡੋਟ ਇਹ ਕਿਹੜੀ ਕੌਮ ਕੱਢੀ ਆ ਤੂੰ ਨਵੀਂ ਆਈ ਹੈ ਜੀ ਅੱਛਾ ਨਵੀਂ ਆਈ ਆ ਲੋ ਜੀ ਇਸ ਤਰ੍ਹਾਂ ਕੋਲ ਸਾਈਨ ਕਰੋ ਠਹਿਰ ਜਾਓ ਅਗਲਾ ਵਰਕਾ ਥੁੱਲ ਕੇ ਵੇਖੋ 11 ਨੰਬਰ ਸਾਈਕਲ ਆਈ ਕਿ ਨਹੀਂ ਆ ਗਈ ਯਾਰ ਕਿ ਨਿਕਾਹ ਹੋ ਰਿਹਾ ਕਿ ਉੱਧਰ ਮਰੋ ਕੋਈ ਜਗ੍ਹਾ ਤੇ ਵੇਖ ਲਿਆ ਕਰੋ ਜੀ ਆਪਣਾ ਕਿੱਥੇ ਕਰਨਾ ਜੀ ਠਹਿਰ ਜਾਓ ਜੀ ਸਾਈਨ ਕਿਹੜੇ ਕਿਹੜੇ ਕਰਨੇ ਨੀ ਮੁਬਾਰਕ ਬੱਚੇ ਹਾਲੇ ਤੱਕ ਸੁੱਤੀ ਆ ਹਾਂਜੀ ਔਰ ਰਾਤ ਦੀ ਥੱਕੀ ਹੈ ਕੀ ਹੋ ਗਏ ਹੈ ਜੀ ਨਿਕਾਹ ਹੋਇਆ ਕਿ ਨਹੀਂ ਹੋ ਗਿਆ ਸਾਈਨ ਕਰ ਦਿੱਤੇ ਹੋ ਗਏ ਚਲੋ ਮੁਬਾਰਕ ਹੋਵੇ ਤੇ ਮਾਰ ਭਾਈ ਜਾਨ ਮੇਰੇ ਵਾਲੀ ਕੁੜੀ ਕੋਲੋਂ ਵੀ ਸਾਈਨ ਕਰਾਓ ਕਿ ਮੇਰੇ ਤੇ ਪਰਚਾ ਕਰਾਉਣਾ ਜੇ ਹੋਏ ਨੇ ਅੱਛਾ ਵਿਆਹ ਹੋ ਗਿਆ ਜੀ ਪੈਸੇ ਤਾਂ ਦਿਓ ਦੇ ਆ ਪੈਸੇ ਤੁਹਾਂ ਕੀ ਕਰਨੇ ਨੇ ਰਾਤ ਜੋ ਦੁਹਾਣਾ ਲੈਨੇ ਆ ਤਾਂ ਖਾਵਾਂਗੇ ਆਓ ਐ ਚਲੋ ਮਾਸ਼ਾਅੱਲਾ ਵਿਆਹ ਹੋ ਗਿਆ ਤੇਰਾ ਹੁਣ ਓਏ ਐ ਬੇਟਾ ਆ ਕਮਰਾ ਤੇਰਾ ਹਾਂਜੀ ਆ ਕਮਰਾ ਇੱਧਰ ਜਾਣਾ ਹਾਂਜੀ ਮਿੱਟੀ ਖਾਂਦੀ ਬੜਾ ਹੀ ਮਾਰਿਆ ਬਗੈਰਤਾ ਨੇ ਬਸ ਮੈਂ ਤਾਂ ਫਸ ਗਿਆ ਸ਼ਹਿਰ ਆ ਕੇ ਚਾਚਾ ਉਹ ਕਿਸ ਤਰ੍ਹਾਂ ਸਹੀ ਕਿਹਾ ਸਿਆਣਿਆਂ ਨੇ ਜਿਹਨੇ ਮਾਂ ਨੂੰ ਸਤਾਇਆ ਉਹਨੇ ਰਕਸ਼ਾ ਹੀ ਚਲਾਇਆ ਡੱਬਾ ਖਾਲੀ ਹੋ ਗਿਆ ਮੈਂ ਬਰਸ ਤੇ ਚੜ ਕੇ ਸੋ ਗਿਆ ਬਹੁਤ ਅੱਛਾ ਕੀਤਾ ਬੇਟਾ ਦੋ ਘੰਟੇ ਬਾਅਦ ਮੇਰੀ ਅੱਖ ਖੁੱਲੀ ਮੈਂ ਬੰਦੇ ਨੂੰ ਪੁੱਛਿਆ ਮੈਂ ਭਾਜੀ ਲਾਹੌਰ ਆ ਗਿਆ ਫੇਰ ਉਹ ਕਹਿੰਦਾ ਲਾਹੌਰ ਕੋਈ ਨੀ ਆਇਆ ਡੱਬੇ ਚੋਂ ਸੱਪ ਨਿਕਲਿਆ ਡੱਬਾ ਇੱਥੇ ਛੱਡ ਗਏ ਨੇ ਸਵਾਰੀ ਕਹਿੰਦੀ ਸ਼ਹਿਜ਼ਾਦੇ ਹਵਾ ਛੱਡ ਅੱਛਾ ਮੈਂ ਹਵਾ ਛੱਡੀ ਉਹਨੇ ਦੋ ਛੱਡੀਆਂ ਉਹ ਮੇਰਾ ਘਰ ਕਿਸਾ ਲੱਭਿਆ ਤੈਨੂੰ ਬੜੀ ਮੁਸ਼ਕਿਲ ਨਾਲ ਲੱਭਿਆ ਮੈਨੂੰ ਲੱਗਦਾ ਰਾਣਾ ਮੋਬਾਈਲ ਆ ਰਾਣਾ ਤਰੀਸ ਸਾਹਿਬ ਨੇ ਦੱਸਿਆ ਹੋਣਾ ਮੈਂ ਕੀ ਦੱਸਾਂ ਤਿੰਨ ਵਾਰੀ ਇਸ ਗਲੀ 'ਚ ਆਇਆ ਅੱਛਾ ਪਤਾ ਹੀ ਨਹੀਂ ਲੱਗਾ ਤੁਹਾਡੇ ਘਰ ਦਾ ਫੇਰ ਉਹ ਤੇ ਅੱਲਾ ਭਲਾ ਕਰੇ ਰਕਸ਼ੇ ਵਾਲੇ ਦਾ ਅੱਛਾ ਉਹਨੂੰ ਮੈਂ ਕਿਹਾ ਬਗੈਰਤਾਂ ਦੇ ਘਰ ਜਾਣਾ ਅਗਲਾ ਬੂਹੇ ਅੱਗੇ ਲਾ ਕੇ ਗਿਆ ਇਹ ਬਕਵਾਸ ਕਰਨ ਡਿਆ ਵੈਸੇ ਚਾਚਾ ਮੁਬਾਰਕ ਹੋਵੇ ਸ਼ਹਿਰ ਆ ਕੇ ਟਵਾਣਾ ਹੋ ਗਿਆ ਤੇ ਟਵਾਣਾ ਹੀ ਆ ਕੀ ਹੋਇਆ ਲੈ ਸ਼ਹਿਰ ਆ ਕੇ ਟਵਾਣਾ ਨਾ ਪਿੰਡ ਤੇ ਸਾਰਾ ਦਿਨ ਜਾਣਦਾ ਕੀ ਮੁਜਾਹਿਦ ਟਵਾਣਾ ਖੋਤੀਆਂ ਵਾਲਾ ਇੱਥੇ ਇੱਜ਼ਤ ਬਣ ਗਈ ਮੇਰੀ ਕਰੋੜਪਤੀ ਹੋ ਗਏ ਲੱਖਪਤੀ ਹੋ ਗਏ ਕਰੋੜਪਤੀ ਹੋ ਗਏ ਆ ਫਲ ਕੀ ਹੋਇਆ ਆ ਪੜ ਲੈ ਵਸੀਅਤ ਮੇਰੇ ਪਿਓ ਦੀ ਕੀ ਹੋਇਆ
ਅੱਧੀ ਜਦਾਇਦ ਦੇ ਨਾਲ ਆਪਣੀ ਧੀ ਦਾ ਰਿਸ਼ਤਾ ਦੇ। ਓਏ ਤਮੀਨਾ ਗੱਲ ਕਰ, ਕੀ ਹੋਇਆ? ਮੈਂ ਆਪਣੀ ਧੀਆਂ ਦਾ ਵਿਆਹ ਕਰਤਾ, ਉਹਨਾਂ ਨੇ ਮੇਰੇ ਚੋਈ ਅੰਦਰ ਬੈਠੇ ਆ। ਮੇਰੇ ਬਚਪਨ ਦੀ ਮੰਗ ਹੈ ਗੋਲ, ਹੁਣ ਨਹੀਂ ਗਾਣਾ, ਮੈਂ ਤਾਂ ਦੱਸਿਆ। ਮੈਨੂੰ ਨਹੀਂ ਪਤਾ ਮੇਰੀ ਮੁਕੇਦਰ ਕੱਢ ਕਿਤੇ। ਓਏ ਤਮੀਨ ਨਾ ਗੱਲ ਕਰ, ਮੇਰੀ ਇੱਜ਼ਤ ਹੈ ਸ਼ਹਿਰ ਦੇ ਵਿੱਚ। ਮੇਰੇ ਪਿਓ ਦੀ ਵਸੀਅਤ ਹੈ, ਮੈਂ ਇਸੇ ਘਰ 'ਚ ਵਿਆਹ ਕਰਨਾ। ਅੱਛਾ, ਭਾਵੇਂ ਨਵੀਂ ਧੀ ਜੰਮ ਕੇ ਦੇ, ਮੈਂ ਰਿਸ਼ਤਾ ਇੱਥੇ ਹੀ ਕਰਨਾ। ਮੈਂ ਤੈਨੂੰ ਕਹਿੰਦਾ ਬਾਅਦ ਆ ਜਾ, ਮੈਂ ਤੈਨੂੰ ਕਹਿਣ ਡਿਆ। ਮੇਰੀ ਮੁਕੇਦਰ ਕੱਢ, ਗੋਲ ਕਿੱਥੇ ਹੀ? ਕਿਹੜੀ ਗੋਲ ਹੈ? ਥੱਲੇ ਹੋ, ਥੱਲੇ ਹੋ, ਥੱਲੇ ਹੋ। ਦੁੱਖ ਨੀ ਹੋਣ ਡਿਆ? ਮੇਰਾ ਪਿਓ ਮਰ ਗਿਆ। ਪਿਓ ਮਰ ਗਿਆ? ਮਰ ਗਿਆ ਤੇਰਾ ਪਿਓ? ਆਹੋ, ਮੇਰਾ ਭਰਾ ਮਰ ਗਿਆ। ਠਹਿਰ ਜਾ, ਪਹਿਲੇ ਉਹਨੂੰ ਤੇ ਸੈੱਟ ਹੋ ਲੈਂਦੇ।